ਨਸ਼ੇ ਦੀ ਤਸਕਰੀ ਨੂੰ ਠਲਪਾਉਣ ਵਾਸਤੇ ਲਗਾਤਾਰ ਚੰਡੀਗੜ੍ਹ ਪੁਲਿਸ ਕੰਮ ਕਰ ਰਹੀ ਹੈ ਅਤੇ ਇਸੇ ਅਵਸਰ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਸੈਕਟਰ 31 ਥਾਣਾ ਨੇ ਇੱਕ ਸ਼ਖਸ ਨੂੰ 1 किलो 36 ग्राम ओपियम ਦੇ ਨਾਲ ਕਾਬੂ ਕੀਤਾ ਹਾਲਾਂਕਿ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਕਿਸ ਤਰ੍ਹਾਂ ਆਇਆ ਕਿੱਥੇ ਉਸਨੇ ਜਿਹੜੀ ਹੈਗੀ ਡਿਲੀਵਰੀ ਕਰਨੀ ਸਾਰੀ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਾਡੇ ਨਾਲ ਡਿਪਟੀ ਸੁਪਰਡੈਂਟ ਆਫ ਪੁਲਿਸ ਸਾਡੇ ਮੌਜੂਦ ਨੇ ਐਸਐਚਓ 31 ਰਾਮਰਤਨ ਸਾਡੇ ਨਾਲ ਨੇ ਡਿਪਟੀ ਸਾਹਿਬ ਕਿਉਂਕਿ ਨਸ਼ੇ ਨੂੰ ਲੈ ਕੇ ਲਗਾਤਾਰ ਚंडीगढ़ ਪੁਲਿਸ ਵੀ ਕੰਮ ਕਰ ਰਹੀ ਹੈ ਇਸੇ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦਾ ਖੁਲਾਸਾ ਹੋਇਆ ਜਿਹੜਾ ਇਹ ਤੁਸੀਂ ਕਾਬੂ ਕੀਤਾ ਹੈ ਸ੍ਰਮੀ ਜੀ ਅਪਰੀ ਰੋਜ ਜਿਵੇਂ 15 ਅਗਸਤ ਵੀ ਆ ਰਹੀ ਹੈ ਸਿਨਰ ਆਪਣਾ ਦੇ ਆਦੇਸ਼ ਪੀਆ ਵੀ ਕਿਤੇ ਵੀ ਕੋਈ ਕ੍ਰਾਈਮ ਜਾਂ ਨਸ਼ਾ ਜਾਂ ਕੋਈ ਅਦਾਨਾ ਬਿਕ ਰਿਆ ਉਹਦੇ ਉੱਪਰ ਰੋਦੀ ਠਲ ਪਾਓ ਉਹਨੂੰ ਪਕੜੋ ਬੰਦੇ ਜਿਹੜੇ ਇਸ ਕੰਮ ਚ ਇਨਵੋਲ ਹੈ ਇਦਾਂ ਹੀ ਸਾਡੀ ਪੈਟਰੋਲਿੰਗ ਪਾਰਟੀ ਜਿਹੜੀ ਕੁਮਰੀ ਸੀਗੀ ਆਪਣਾ ਹੈਲੋ ਮਾਜਰਾ ਰਾਮਦਰਬਾਰੀ ਸਾਈਡ ਵੀ ਕ੍ਰਾਈਮ ਐਂਡ ਪ੍ਰੋਵੈਂਸ਼ਨ ਆਫ ਡੈਟੈਕਸ਼ਨ ਆਫ ਕ੍ਰਾਈਮ ਦੇ ਵਿੱਚ ਤੇ ਇਹਨਾਂ ਨੇ ਦੇਖਿਆ ਵੀ ਇੱਕ ਬੰਦਾ ਰੇਲਵੇ ਟ੍ਰੈਕ ਵੱਲੋਂ ਥੱਲੇ ਉਤਰਿਆ ਰਾਮਦਰਬਾਰ ਵਾਲੇ ਪਾਸੇ ਜਿੱਦਾਂ ਪਿੱਛੇ ਆਪਣਾ ਤੋਏ ਤੋਂ ਮਜੀਦਾ ਉਹਦੇ ਲਾਗੇ ਤੇ ਜਿਹੜੇ ਪੁਲਿਸ ਪਾਰਟੀ ਉਹਨਾਂ ਨੇ ਦੇਖਿਆ ਤਾਂ ਥੋੜਾ ਥੜਕੇ ਆਉ ਤੇ ਆਪਣਾ ਖਿਸਕਣ ਲੱਗਾ ਤੇ ਪੁਲਿਸ ਪਾਰਟੀ ਉਹਨਾਂ ਨੂੰ ਰੋਕਿਆ ਰੋਕ ਕੇ ਪੁੱਛਿਆ ਵੀ ਤੇਰੇ ਕ ਕੀ ਹੈਗਾ ਤੇਰੇ ਕੋਲ ਵੀ ਤੂੰ ਪੁਲਿਸ ਪਾਰਟੀ ਨੇ ਦੇਖਿਆ ਕਿ ਪਿੱਛੇ ਨੂੰ ਜਾ ਰਹੇ ਆ ਪਹਿਲੇ ਤਾਂ ਨਾਨੂਕਰ ਕਰਦਾ ਰਹੇ ਵੀ ਕੁਝ ਨਹੀਂ ਹੈ ਮੇਰੇ ਕੋਲ ਤਾਂ ਦੇ ਦੋ ਸਖਤੀ ਨਾਲ ਉਹਨੂੰ ਪੁੱਛਿਆ ਗਿਆ ਤੇ ਉਹਨੇ ਦੱਸਿਆ ਵੀ ਆ ਮੇਰਾ ਇਹ ਬੈਗ ਦੇ ਵਿੱਚ ਉਹਨੇ ਅਫੀਮ ਸੀਗੀ ਪੋਲੀਥੀਨ ਦੇ ਵਿੱਚ ਆਪਣਾ ਲਪੇਟੀ ਹੋਈ ਸੀਗੀ ਤੇ ਉਹਦੀ ਜਿਹੜੀ ਰਿਕਵਰ ਹੋਈ ਹੈ ਤੇ ਜਦੋਂ ਮੇਅਰ ਕੀਤਾ ਗਿਆ ਤੇ ਉਹ 1 ਕਿਲੋ 36 ਗ੍ਰਾਮ ਨਿਕਲੀ ਠੀਕ ਹੈ ਸਰ ਇਨਵੈਸਟੀਗੇਸ਼ਨ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੁਝ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਇਹ ਕਿੱਥੇ ਬੈਕਵਰਡ ਲਿੰਕੇਜ ਸੀ ਨੇ ਫਾਰਵਰਡ ਲਿੰਕੇਜ ਕਿੱਤੇ ਨੇ ਅ ਹਜੇ ਪ੍ਰੀਲੀਮਿਟ ਇਨਵੈਸਟੀਗੇਸ਼ਨ ਰੀਡਿੰਗ ਹੈ ਪੁਛਤਾ ਦੱਸੀਆ ਇਹ ਬਧਾਈਓਂ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਦੇਵਦਾਤ ਇਹਦਾ ਨਾਮ ਹੈ 29 ਸਾਲ ਦਾ ਹੈ ਮੈਰਿਡ ਹੈ ਤੇ ਬਾਇਓਪਰੋਫੈਸ਼ਨਲ ਡਰਾਈਵਰ ਹੈ ਇਹ ਕਹਿ ਰਿਹਾ ਮੈਂ ਉਥੋਂ ਪ੍ਰਕਿਰ ਹੋ ਕੀਤੀ ਸੀ ਬਧਾਈਓਂ ਤੋਂ ਮੇ ਇਹ ਦੀ ਕੋਈ 80000 ਦੀ ਤੇ ਮੈਂ ਇੱਥੇ ડીલ ਕਰਨ ਆਇਆ ਸੀ ਲੱਖ ਦੇ ਜਿਹੜਾ ਮੇਰਾ ਵਿਕ ਜਗਾ ਤੇ ਮੈਂ ਆਮ ਜਨ ਦਾ ਖਰਚਾ ਵੀ ਮੇਰਾ ਨਿਕਲ ਜਾਏਗਾ ਤੇ ਭਾਈ ਟ੍ਰੇਨ ਆਇਆ ਸੀਗਾ ਓਕੇ ਅੱਗੇ ਹੁਣ ਤੱਕ ਦੀ ਜਿਹੜੀ ਪੜਤਾਲ ਦੇ ਵਿੱਚ ਹਜੇ ਹੋਰ ਵੀ ਪਹਿਲੂ ਦੇਖਣੇ ਪੈਣੇ ਆ ਵੀ ਕਿੰਨੂ ਇਹ ਦੇਣ ਆਇਆ ਸੀ ਇੱਥੇ ਕੌਣ ਹੈ ਜਿਹੜੇ ਇਹਦੀ ਖਪਤ ਕਰਦੇ ਆ ਜਾਂ ਇੱਥੇ ਕੋਈ ਇਨਵੋਲਵ ਹੈਗਾ ਜਿਹੜੀ ਇਹਦੀ ਸੇਲ ਦੇ ਵਿੱਚ ਜਾਂ ਇਹਨੂੰ ਆਪਣਾ ਖਾਣ ਪੀਣ ਦੀ ਜਿਹੜਾ ਯੂਜ਼ ਕਰਦਾ ਸਾਬ ਕਿਉਂਕਿ ਵੱਡੇ ਮਗਰ ਮਾ છਲਾਂ ਕਿ ਸੀ ਕਾਬੂ ਕਰਦੇ ਲਗਾਤਾਰ ਇਨਵੈਸਟੀਗੇਸ਼ਨ ਚ ਕਈ ਖੁਲਾਸੇ ਹੁੰਦੇ ਲੇਕਿਨ ਕਈ ਵਾਰ ਵੱਡੇ ਮਗਰਮਚ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਾਬੂ ਨਹੀਂ ਕੀਤੇ ਜਾਂਦੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਚ ਹੁਣ ਕੋ ਸਾਹਮਣੇ ਆਇਆ ਕਿ ਚੰਡੀਗੜ੍ਹ ਚ ਕੋਈ ਸੀਗਾ ਵੱਡਾ ਮਗਰਮਚ ਜਾਂ ਕੌਣ ਸੀਗਾ ਜਿਸ ਨੂੰ ਇਹ ਡਿਲੀਵਰੀ ਦੇਣ ਆਇਆ ਸੀਗਾ ਕਿਸ ਨਾਲ ਗੱਲਬਾਤ ਚੱਲ ਰਹੀ ਸੀਗੀ ਦੇਖੋ ਜੇ ਪ੍ਰੀਲੀਮਿਨਰੀ ਇਹਨ ਇਨਵੈਸਟੀਗੇਸ਼ਨ ਆ ਅਜੇ ਦਾ ਰਿਮਾਂਡ ਲੱਤਾ ਜਾਏਗਾ ਰਿਮਾਂਡ ਦੇ ਵਿੱਚ ਹੋਰ ਇਹਦੀ ਸਖਤੀ ਨਾਲ ਜਿਹੜੀ ਇਹਦੀ ਕਸ਼ਨਿੰਗ ਕੀਤੀ ਜਾਏਗੀ ਇਸ ਤੋਂ ਪਹਿਲਾਂ ਵੀ ਆਇਆ ਹੈ ਇੱਥੇ ਚੰਡੀਗੜ੍ਹ ਨਹੀਂ ਹਜੇ ਤੱਕ ਦਾ ਗੱਲ ਮ ਮਿੱਕੇ ਇਹਦਾ ਕੋਈ ਅੰਗੇ ਤਾਂ ਨਹੀਂ ਕੇ ਸਕੇ ਉਹ ਸਾਰਾ ਹੀ ਹਜੇ ਅੱਜ ਹੀ ਕੱਲੀ ਰਾਤੀ ਰਸ ਹੋਇਆ ਤੇ ਹੁਣ ਅਦਰ ਮੰਡ ਲੈ ਕੇ ਇਹਦੀ ਪੁੱਛ ਕੇ ਹੋਰ ਕਰਾਂਗੇ ਇਹ ਤਾਂ ਕੱਲਾ ਹੀ ਸੀਗਾ ਜਾਂ ਹੋਰ ਵੀ ਕੋਈ ਇਹ ਕੱਲਾ ਹੀ ਸੀਗਾ ਓਕੇ ਕੱਲਾ ਹੀ ਆਇਆ ਸੀ ਜੋ ਹ ਤੱਕ ਇਹਨੇ ਦੱਸਿਆ ਠੀਕ ਔਰ ਕਿਦੇ ਕੋਲ ਇਥੇ ਲੋਕਲ ਇਹਨੇ ਮਿਲਣਾ ਸੀਗਾ ਕੀ ਇਹਨੇ ਕਰਨਾ ਸੀਗਾ ਕਿ ਸਰ ਹਜੇ ਤੱਕ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਨਹੀਂ ਨਹੀਂ ਹਜੇ ਕੁਝ ਨਹੀਂ ਇਹਨੇ ਦੱਸਿਆ ਇਸ ਲਈ ਇਹਦਾ ਰਿਮਾਂਡ ਲੈ ਕੇ ਅੱਗੇ ਹੋਰ ਕੁਐਸਚਨਿੰਗ ਇਹਨਾਂ ਕਰਕੇ ਉਹ ਅੱਗੇ ਹੋਰ ਹੜਪਾਲ ਕੀਤੀ ਹੈ ਤਾਂ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਕਿ ਪੂਰਾ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ ਕਿ ਇਥੇ ਚੰਡੀਗੜ੍ਹ ਦੇ ਵਿੱਚ ਕਿੱਥੇ ਇਹਨਾਂ ਨੇ ਡਿਲੀਵਰੀ ਦੇਣੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਿਉਂਕਿ ਨਸ਼ੇ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਵੀ ਸਖਤ ਕਦਮ ਚੁੱਕੇ ਜਾ ਰਹੇ ਨੇ ਅਫਸਰਾਂ ਦੇ ਹਿਰਾਇਤਾ ਤੋਂ ਬਾਅਦ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ ਔਰ ਬਾਹਰ ਤੋਂ ਆ ਕੇ ਡਿਲੀਵਰੀ ਦੇਣਾ ਜਾਂ ਨਸ਼ਾ ਤਸ਼ਕਰੀ ਕਰਨਾ ਇਹ ਇਸ ਸਾਰੇ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੋਰ ਵੀ ਵੱਡੇ ਖੁਲਾਸੇ ਜਿਹੜੇ ਆ ਉਹ ਇਹਦੇ ਸਾਹਮਣੇ ਆ ਸਕਦੇ ਚੰਡੀਗੜ੍ਹ ਤੋਂ ਕੈਮਰਾਮੈਨ ਸਰਪ੍ਰੈਸਿੰਗ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ